ਰਿਜ਼ਕ ਇੱਜ਼ਤ ਵਿੱਚ ਬੇਬਹਾ ਇਜ਼ਾਫਾ ਫਰਮਾ। ਬਰਵੇ ਮੌਲਾ ਦਾ ਹੁਣੇ ਜ਼ਹੂਰ ਹੋਵੇ। ਤਮਾਮ ਦੁਆਈ ਦੀ ਕਬੂਲੀਅਤ ਵਾਸਤੇ ਦਰੂਦ ਮਿਲ ਕੇ ਪੜ੍ਹੋ ਸਾਰੇ ਆਪਾ। ਹਿੰਮਤ ਕਰੋ, ਸਲਵਾਤ ਬੁਲੰਦ ਆਵਾਜ਼ ਨਾਲ ਪੜ੍ਹੀ ਜਾਏ। ਅੱਲਾ ਵਾਦਾ ਵਫਾ ਹੋ ਗਿਆ, ਜਨਾਬ ਦੇ ਚਿਹਰਾ ਦੀ ਜ਼ਿਆਰਤ ਹੋ ਗਈ, ਮਿੰਬਰ ਦੀ ਬਾਰਗਾਹ ਵਿੱਚ ਹਾਜ਼ਰੀ ਹੋ ਗਈ। ਸਫ਼ਤੇ ਮੌਜੂਦ ਤਮਾਮ ਅਹਬਾਬ ਸਭ ਦੀ ਇਜਾਜ਼ਤ ਹੈ, ਮੈਂ ਜ਼ਿਕਰ ਪਾਕ ਸ਼ੁਰੂ ਕਰਾਂ। ਦੋ ਹਸਤੀਆਂ ਐਸੀਆਂ ਜਿਨ੍ਹਾਂ ਆਮਨਾ ਦੇ ਲਾਲ ਦੀ ਖਿਦਮਤ ਦੀ ਹੱਦ ਮੁਕਾਈ। ਦੋ ਹਸਤੀਆਂ ਬਰਾਦਰ ਮੁਹਤਰਮ ਇੱਜ਼ਤ ਇਮਾਮ ਜਨਾਬੇ ਭਾਈ ਕਾਜ਼ੀ ਵਸੀਮ ਬਾਸ ਖਾਨੇਵਾਲ ਸਾਹਿਬ ਤਸ਼ਰੀਫ ਫਰਮਾਏ, ਮੌਲਾ ਉਹਨਾਂ ਨੂੰ ਸਲਾਮਤ ਰੱਖੇ। 10-15 ਮਿੰਟ ਦੀ ਮੈਂ ਉਹਨਾਂ ਦੇ ਅੱਗੇ ਗੁਜ਼ਾਰਿਸ਼ ਕੀਤੀ ਹੈ, ਮੈਂ ਆਪਣੇ ਟਾਈਮ ਤੋਂ ਥੋੜ੍ਹਾ ਲੇਟ ਹੋ ਗਿਆ ਬਾਰਿਸ਼ ਦੀ ਵਜ੍ਹਾ ਤੋਂ। ਭਾਈ ਜਾਨ ਬੜਾ ਸਫ਼ਰ ਕਰਨਾ ਔਰ ਜਗ੍ਹਾ ਜਗ੍ਹਾ ਜ਼ਿਕਰ ਪਾ ਕੇ ਮੌਲਾ ਸਲਾਮਤ ਰੱਖੇ ਜੀ, ਅਤੇ ਹਾਜ਼ਰੀ ਬੜੀ ਜ਼ਰੂਰੀ ਹੈ ਤੁਹਾਡੇ 'ਚ। ਦੋ ਹਸਤੀਆਂ ਐਸੀਆਂ ਜਿਨ੍ਹਾਂ ਸਰਕਾਰੇ ਦੋ ਆਲਮ ਦੀ ਖਿਦਮਤ ਦੀ ਹੱਦ ਮੁਕਾਈ ਹੈ। ਵਕਤ ਬਚ ਜਾਏ, ਜ਼ਰਾ ਜਲਦੀ ਸ਼ਾਮਿਲ ਹੋ ਜਾਵੇ। ਪਹਿਲੀ ਹਸਤੀ ਸਰਕਾਰੇ ਅਬੂ ਤਾਲਿਬ, ਅਨਸ਼ਾ ਜੀ, ਪਹਿਲੀ ਹਸਤੀ ਸਰਕਾਰੇ ਅਬੂ ਤਾਲਿਬ, ਦੂਸਰੀ ਹਸਤੀ ਮਲਿਕਤੁਲ ਅਰਬ। ਇਹਨਾਂ ਦੋ ਹਸਤੀਆਂ ਨੇ ਆਮਨਾ ਦੇ ਲਾਲ ਦੀ ਖਿਦਮਤ ਦੀ, ਮੁਹੱਬਤ ਦੀ, ਹਿਫਾਜ਼ਤ ਦੀ, ਹਿਮਾਇਤ ਦੀ, ਆਪ ਜੀ ਹੈ, ਹਿਫਾਜ਼ਤ ਦੀ, ਹਿਮਾਇਤ ਦੀ, ਦਿਫਾ ਦੀ ਹੱਦ ਮੁਕਾਈ ਹੈ। ਜ਼ਰਾ ਬੇਦਾਰ ਹੋ ਜਾਵੇ, ਦਸਤਰਖਾਨ ਲੱਗਾ ਹੋਇਆ ਹੈ ਅਬੂ ਤਾਲਿਬ ਦੇ ਵਿਹੜੇ। ਆਬਾਦ ਰਹੇ ਜੋ ਹੱਥ ਉਠਾ ਰਹੇ। ਦਸਤਰਖਾਨ ਲੱਗਾ ਹੋਇਆ ਹੈ ਅਬੂ ਤਾਲਿਬ ਦੇ ਵਿਹੜੇ, ਪੁੱਤਰ ਬੈਠੇ ਹੋਏ ਨੇ ਅਬੂ ਤਾਲਿਬ ਦੇ, ਖਾਣਾ ਵੀ ਲੱਗਾ ਹੋਏ, ਪਿਛਲੇ ਜਾਗ ਜਾਵੇ ਆਏ, ਮਗਰ ਉਤਨੇ ਤੇ ਖਾਣਾ ਸ਼ੁਰੂ ਹੀ ਨਹੀਂ ਹੋਇਆ ਜਬ ਤੱਕ ਆਮਨਾ ਦਾ ਲਾਲ ਨਹੀਂ ਆਇਆ। ਆਵਾਜ਼ ਨਹੀਂ ਔਰ ਹਿਫਾਜ਼ਤ ਕਿਸ ਤਰ੍ਹਾਂ ਕੀਤੀ ਆਮਨਾ ਦੇ ਲਾਲ ਦੀ, ਮੌਲਾ ਤੁਹਾਨੂੰ ਸਲਾਮਤ ਰੱਖੇ। ਬਹੁਤ ਖੂਬਸੂਰਤ ਤਵੱਜੋ ਤੁਹਾਡੀ, ਹਮੇਸ਼ਾ ਆਬਾਦ ਰਹੋ। ਇਸ ਬਿਸਤਰ ਉੱਤੇ ਖਤਰਾ ਨਜ਼ਰ ਆਇਆ, ਰਿਸਾਲਾ ਤੇ ਮਾਂ ਬਾਪ ਨੂੰ ਉਠਾਇਆ, ਆਪਣੇ ਬੇਟੇ ਨੂੰ ਸਮਾਇਆ, ਫਿਰ ਖਤਰਾ ਨਜ਼ਰ ਆਇਆ, ਫਿਰ ਉਠਾਇਆ, ਜਾਫਰ ਨੂੰ ਸਮਾਇਆ, ਫਿਰ ਉਠਾਇਆ, ਅਕੀਲ ਨੂੰ ਸਮਾਇਆ। ਤਵੱਜੋ ਰੱਖਾ ਹੈ, ਆਖਰੀ ਮਾਤਮੀ ਤੱਕ ਤਵੱਜੋ ਰੱਖਾ ਹੈ। ਬਿਸਤਰ ਬਦਲ 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 ਕੇ, ਚਲੋ ਮੌਲਾਈਆਂ ਔਰ ਮਾਤਮੀਆਂ ਦਾ ਮਜਮੈ ਲਫਜ਼ ਮੈਂ ਆਖੂਆਂ, ਜ਼ਰਾ ਬੇਦਾਰ ਹੋ ਕੇ ਸੁਣਿਆ ਹੈ। ਫਿਰ ਖਤਰਾ ਨਜ਼ਰ ਆਇਆ, ਰਿਸਾਲਤ ਨੂੰ ਉਠਾਇਆ, ਵਿਲਾਇਤ ਨੂੰ ਸੰਵਾਰਿਆ। ਬਿਸਤਰ ਬਦਲ ਬਦਲ ਕੇ, ਬਿਸਤਰ ਬਦਲ ਬਦਲ ਕੇ ਅਲੀ ਦੇ ਬਾਬੇ ਨੇ ਹਿਫਾਜ਼ਤ ਕੀਤੀ ਆਮਨਾ ਦੇ ਲਾਲ ਦੀ।
ਚਲੋ ਰੁਕ ਕੇ ਮੈਂ ਇੱਕ ਜੁਮਲਾ ਆਖਾਂ ਵੀ ਇਹ ਮਾਤਮੀ ਸਾਡੇ ਨਾਲ ਬੇਦਾਰ ਹੋ ਕੇ ਹਾਜ਼ਰ ਹੋ ਕੇ ਸ਼ਾਮਿਲ ਹੋ ਜਾਵਣ। ਸਭ ਤੋਂ ਬੜੇ ਆਸ਼ਿਕੇ ਰਸੂਲ ਦਾ ਨਾਮ ਹੈ ਅਬੂ ਤਾਲਿਬ। ਸਭ ਤੋਂ ਬੜੇ ਨਾਤ ਖਾਨ ਦਾ ਨਾਮ ਹੈ ਅਬੂ ਤਾਲਿਬ। ਔਰ ਬੁਲੰਦ ਆਵਾਜ਼ ਨਾਲ ਚੌਕ 'ਚ ਖੜ ਕੇ ਅਲੀ ਦਾ ਬਾਬਾ ਆਖ ਰਿਹਾ, ਲੋਗੋ ਮੇਰੇ ਭਤੀਜੇ ਨੂੰ ਤਨਹਾ ਨਾ ਸਮਝਾਏ, ਇਹਨੂੰ ਇਕੱਲਾ ਨਾ ਸਮਝਾਏ, ਮੈਂ ਕੱਲ ਵੀ ਰਸੂਲ ਨਾਲ ਆਂ। ਜਿਹੜੇ ਗਲਤ ਪਹੁੰਚਦੇ ਹੋ, ਮੈਂ ਅੱਜ ਵੀ ਰਸੂਲ ਨਾਲ ਆਂ, ਮੈਂ ਆਖਰੀ ਸਾਹ ਤੱਕ ਰਸੂਲ ਨਾਲ ਰਸਾਂ। ਫਕਤ ਮੈਂ ਨਹੀਂ ਮੇਰੇ ਪੁੱਤਰ ਵੀ, ਫਕਤ ਮੈਂ ਨਹੀਂ ਮੇਰੇ ਪੁੱਤਰ ਵੀ, ਗੱਲ ਅਲੀ ਦੇ ਬਾਬੇ ਦੀ ਕੰਨ ਖੋਲ ਕੇ ਸੁਣੋ, ਤੁਹਾਡੇ ਵਿੱਚੋਂ ਕਿਸੇ ਮੈਲੀ ਅੱਖ ਬੇਦਾਰ ਹੋ ਜਾਓ, ਬੇਦਾਰ ਹੋ ਜਾਓ, ਬੇਦਾਰ ਹੋ ਜਾਓ, ਬੇਦਾਰ ਹੋ ਜਾਓ, ਤੁਹਾਡੇ ਵਿੱਚੋਂ ਕਿਸੇ ਮੈਲੀ ਅੱਖ ਮੇਰੇ ਭਤੀਜੇ ਅਲ ਵੇਖੀ ਤਾਂ ਮੈਂ ਅੱਖ ਕੱਢ ਗਿਨਸਾਂ, ਕਿਸੇ ਹੱਥ ਉਠਾਇਆ ਤਾਂ ਹੱਥ ਕੱਟ ਲੈ ਸਾਂ। ਇਸ ਤਰ੍ਹਾਂ ਹਿਫਾਜ਼ਤ ਕੀਤੀ ਕਿਤਨੇ ਸਾਲ, ਮੇਰੀ ਤਰਫ ਦੇਖਣਾ, 45 ਸਾਲ। ਉਠਾਇਆ, ਬਿਠਾਇਆ, ਟੁਰਾਇਆ, ਚਲਾਇਆ, ਖਿਲਾਇਆ, ਪਿਲਾਇਆ, ਸੁਲਾਇਆ। ਦੋ ਅਹਬਾਬ ਜ਼ਰਾ ਖਾਮੋਸ਼ ਬੇਦਾਰ ਹੋ ਜਾਓ, 42 ਸਾਲ ਅਸੀਂ ਭਾਈ, 42 ਸਾਲ ਨਾਮ ਨਿਹਾਦ ਮੁਸਲਮਾਨਾਂ ਨੇ। ਰਿਜ਼ਲਟ ਕਿਆ ਦਿੱਤਾ? ਰਿਜ਼ਲਟ ਸਭ ਕੁਛ ਕੀਤਾ ਹੈ, ਸਭ ਕੁਛ ਕੀਤਾ ਹੈ, ਤਵੱਜੋ ਰੱਖਿਆ, ਸਭ ਕੁਛ ਕੀਤਾ। ਮੌਸਮ ਦੀ ਵਜ੍ਹਾ ਤੋਂ ਮਸਲਾ ਚੱਲ ਸਿਰਾ ਨੰਬਰ ਲਿਖਿਆ, ਸਭ ਕੁਛ ਕੀਤਾ, ਕਲਮਾ ਨਹੀਂ ਪੜਿਆ। ਸ਼ਰਮ ਨੌਵਾਂ ਦੀ ਮੁੱਲਾ, ਇਸ ਪਿੰਡ ਦੀ ਮਸਜਿਦ ਦੀਆਂ ਚਾਬੀਆਂ ਤੂੰ ਕਿਸੇ ਕਾਫਿਰ ਨੂੰ ਨਾ ਦਿੰਦਾ, ਅੱਲਾ ਬੈਤੁੱਲਾ ਦੀਆਂ ਚਾਬੀਆਂ ਕਾਫਿਰ ਨੂੰ ਦੇ ਦੇ। ਸਲਾਮਤ ਰਹੋ, ਜ਼ਿਆਦਾ ਲੇਟ ਨਹੀਂ ਕਰਦੇ, ਬਸ 10 ਮਿੰਟ ਦੀ ਮੈਂ ਗੁੰਜਾਇਸ਼ ਮੰਗੀ, 10-15 ਬਾਈ ਨੂੰ ਇਨਸ਼ਾਅੱਲਾ। ਫਿਰ ਅਸੀਂ ਵੀ ਚਲੋ ਬਹੁਤ ਲੰਬੇ ਵੀ ਨਾ ਪੜ੍ਹੀਏ ਅਤੇ ਬਹੁਤ ਥੋੜ੍ਹੇ ਵੀ ਨਾ ਪੜ੍ਹੀਏ, ਦਰਮਿਆਨ ਵਿੱਚ ਹੱਲ ਕੱਢ ਲੈਂਦੇ ਹਾਂ। ਮੌਲਾ ਤੁਹਾਨੂੰ ਸਲਾਮਤ ਰੱਖੇ, ਹਮੇਸ਼ਾ ਆਬਾਦ ਰਹੋ। ਮੌਸਮ ਇਸ ਤਰ੍ਹਾਂ ਦਾ ਬਣ ਗਿਆ, ਕੁਝ ਆਉਂਦਿਆਂ ਦੇਰ ਲੱਗ ਗਈ, ਤਵੱਜੋ ਰੱਖਿਆ ਜ਼ਰਾ। ਦੂਸਰੀ ਹਸਤੀ ਮਲੀਕਤੁਲ ਅਰਬ, ਦੋ ਲਾਈਨਾਂ ਪੜ੍ਹੀਏ ਐਸੇ ਬੇਦਾਰ ਔਰ ਖੂਬਸੂਰਤ ਮਜਮੇ 'ਚ, ਉਮੀਦ ਬੜੀ ਹੈ ਬਾਬਾ ਜੀ ਕਿ ਦੁਆ ਲੱਭ ਜਾ ਸੀ। ਆਸਾਨ ਨਹੀਂ ਮਿਸਲੇ ਖਤੀਜਾ ਹੋਣਾ, ਹਾਏ 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 ਸਾਹਿਬ, ਆਸਾਨ ਨਹੀਂ ਮਿਸਲੇ ਸਰ, ਤੁਹਾਡੇ ਕੋਲ ਦੁਆ ਲੈਣੀ ਹੈ, ਆਸਾਨ ਨਹੀਂ ਬਜ਼ੁਰਗੋ, ਆਸਾਨ ਨਹੀਂ ਮਿਸਲੇ ਖਤੀਜਾ ਹੋਣਾ, ਮਿਸਲੇ ਖਤੀਜਾ ਹੋਣਾ। ਉੱਥੋਂ ਹੀ ਮਾਤਮੀ ਬੋਲੇ, ਉਸਕੇ ਲੀਏ ਸ਼ਰਤ ਹੈ ਮਾਦਰੇ ਜ਼ਹਰਾ ਹੋਣਾ। ਆਮ ਨਹੀਂ ਹੈ ਮੋਮਨਾ ਦੀ ਮਾਂ ਹੋਣਾ, ਔਰ ਬਾਤ ਹੈ ਜ਼ਹਰਾ ਦੀ ਮਾਂ ਹੋਣਾ, ਔਰ ਬਾਤ ਹੈ। ਅੱਛਾ, ਇਸ ਸਰ ਆਪ ਜੀਏ ਇਸ ਬੀਬੀ ਦੀ ਸ਼ਾਨ, ਇੱਜ਼ਤ, ਮਰਤਬਾ, ਮਕਾਮ, ਬੁਲੰਦੀ, ਇਸ ਬੀਬੀ ਦੀ ਸ਼ਾਨ
عزت مرتبہ مقام بلندی عزت خدا دی نظر وچ اس بی بی دا مقام کیا ہے، اللہ دی نظر وچ اس بی بی دا مقام کیا ہے؟ جڑے بندے پہلے بول رہے ہو شامل ہو تسی، بھائی 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 جناب نو ایک ایک لمحہ دے دو نا، ایک لمحہ، اس بی بی دی عزت خدا دی نظر وچ کیا ہے؟ 9 حرم رسول دے، بھائی میں نے ویکھنا ہے بھائی، 11 حرم رسول دے یا 13 واحد زہرا دی مائے جن لین رسول آپ گیا ہے، ہائے ہائے ہائے، آباد رہے ہیں آباد رہے ہیں، آپ کے کیا کہنے سے دلہا بن کے بارات لے کے چلے رسول، سر بھی ہلاونا ہے زبان بھی ہلاونی ہے، توجہ رکھے جی، چلے رسول بارات لے کے، کریے سلام بابا جی، لکھ لکھ سلام اس بارات اتے جیدے نال نال چلن والے دنا ابو طالب، آئے ہائے 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 ہائے، نکاح خان دنا، تھوڑا بہت مہربانی بابا جی، بہت مہربانی، نکاح خان دنا، جوان بیدار ہو جاؤ، نکاح خان دنا ابو طالب وسیم بھائی، مولا سلامت رکھے، پریشانی ختم ہو جائے گی انشاءاللہ، پہنچ جاؤ گے، میں بھی پہنچ جا سا، توجہ رکھے ذرا، ایک لمحہ، اسلام کیا ہے؟ اسلام مولا دے بڑے منتی مدہ منظور نظر مدہ وسیم بھائی موجود ہیں، سر جملہ میں آکھن لگا، اسلام کیا ہے؟ دو بار ہی آکھ چکا، پھر آکھن لگا، اسلام کیا ہے؟ دکھ لگے گا ماتمی خاموش رہ گیا، اسلام نام ہے ابو طالب کی آل کا اور خدیجہ کے مال کا، آئے 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 آئے، اور اس بی بی دی عزت 5000 تے اس بی بی دا غلام ہے، 5000 تے اس بی بی دا غلام ہے، مشہور دسترخوان ہے، توجہ رکھا ہے، اور عرب دیاں عورتاں تانے دینیاں، کیا ملا؟ ایک یتیم نال عقد کر کے سب کچھ گیا، مال گیا، رزق گیا، توجہ رکھا ہے، دولت گئی، جو بلا میرا فضل دا آخری بیدار ہو جاؤ، بی بی دی تو کو کیا پتہ ہے جو کیا مل رہا ہے؟ سب کچھ دیتا ہے رسول جیسا شوہر، اے جوان خاموش، بیدار ہو جاؤ، بیدار ہو جاؤ، بیدار ہو جاؤ، مہربانی بھائی، رسول جیسا شوہر اور زہرا جیسی بیٹی نو گود وچ پا کے میں یاراں اماماں دی ماں بن گئی ہاں، اور انہاں ہستیاں دے، انہاں ہستیاں دے دین اتے احسان، دین نو اسلام نو پروان چڑھاون والیاں اے ہستی، بت جڑا کسے تے احسان کرے اودیاں دھیاں نو ماری دا تے نہیں نا، تہاڈا بھلا ہو، انتہی محترم بھائی ہیں، یقین انہوں نے بھی سفر میرا بھی، تواڈی بزرگو ہے آئی ہے، میں پہلا جملہ ہے دو چار بزرگاں ہے تڑپ کے کیتی ہے، احسان جڑا کرے اودیاں دھیاں نو ماری دے،
ਉਹਦੇ ਤੇ ਪੁੱਤਰਾਂ ਦਾ ਵੀ ਹਯਾ ਕਰੀਦਾ। ਐਸੇ ਮੁਸਲਮਾਨ ਹੈ ਜਿਨ੍ਹਾਂ ਰੁਲਾ ਰੁਲਾ ਮਾਰਿਆ ਹੈ, ਕੋਈ ਤਾਂ ਹੈ ਕਰ ਰਿਹਾ ਤੁਹਾਡੇ ਚੋਂ ਰੁਲਾ? ਬਿਸਮਿਲ੍ਲਾ ਕਰਾਂ ਮੈਂ, ਬਿਸਮਿਲ੍ਲਾ ਮੇਰਾ ਮੌਲਾ ਇਹਨਾਂ ਦੇ ਆਂਸੂ ਹਾਏ ਕਬੂਲ ਫਰਮਾ। ਬਾਨੀ ਮਜਲਿਸ ਜਿਨ੍ਹਾਂ ਜਿਨ੍ਹਾਂ ਜਿਸ ਹਵਾਲੇ ਨਾਲ ਹਿੱਸਾ ਲਿਆ ਹੈ, ਮੌਲਾ ਸਭ ਨੂੰ ਸਲਾਮਤ ਫਰਮਾ। ਤੁਹਾਡੀ ਬਜ਼ੁਰਗੋ ਅੱਖ ਵਿੱਚ ਆਂਸੂ ਉਤਰ ਆਇਆ ਹੈ, ਤੁਸੀਂ ਕੈਫੀਅਤ ਨਾਲ ਬੈਠੇ ਹੋ, ਤੁਹਾਡਾ ਆਂਸੂ ਆਏ। ਕਰਬਲਾ ਵੀ ਮਕਤਲ ਹੈ, ਸ਼ਾਮ ਵੀ ਮਕਤਲ ਹੈ, ਕਰਬਲਾ ਭਿਰਾ ਦੀ ਮਕਤਲ ਹੈ। ਸ਼ਾਮ ਕੋਈ ਤਾਂ ਪੜ੍ਹ ਲਿਆ, ਭੈਣ ਦੀ ਮਕਤਲ ਹੈ ਕਰ ਲਿਆ ਸੋ ਸਾਰੇ। ਭਿਰਾ ਦੀ ਮਕਤਲ ਵਿੱਚ ਰੇਤ ਜ਼ਿਆਦਾ ਆਈ। ਹਾਏ ਹਾਏ ਹਾਏ, ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ ਹੋ ਜਾਵਾਂ। ਮੌਸਮ ਦੀ ਵਜ੍ਹਾ ਤੋਂ ਤੁਸੀਂ ਮੁਕੰਮਲ ਮਜਲਿਸ ਤਵੱਜੋ ਰੱਖਣੀ ਹੈ। ਇਹ ਫਿਰ ਹੈ, ਇਹ ਤਾਂ ਚਲਸੀ ਰਹਿੰਦਾ ਆਰਜ਼ੀ ਹੈ। ਜੋ ਭਿਰਾ ਦੀ ਮਕਤਲ ਵਿੱਚ ਰੇਤ, ਤੁਸੀਂ ਬੋਲ ਪਏ ਹੋ, ਭੈਣ ਦੀ ਮਕਤਲ ਵਿੱਚ ਰਸ਼। ਇੱਕ ਜੁਮਲਾ ਮੈਂ ਬਦਲ ਦੇਣਾ, ਮਤੇ ਨਾ ਅਜ਼ਾਦਾਰਾ ਜਵਾਨਾਂ ਦੀ ਹਾਈ ਆਉਂਦੀ ਹੋਵੇ। ਤੁਰਾ ਭਿਰਾ ਵੀ ਮਕਤਲ ਵਿੱਚ, ਤੁਰੀ ਭੈਣ ਵੀ ਮਕਤਲ ਵਿੱਚ। ਲਫ਼ਜ਼ ਸਮਝ ਕੇ ਹੈ ਕਰਦੇ ਹੋ ਨਾ, ਜਦੋਂ ਭਿਰਾ ਟੁਰੇ ਹੱਥ ਆਜ਼ਾਦ ਹਨ। ਆਬਾਦ ਰਹੋ, ਆਬਾਦ ਰਹੋ, ਆਬਾਦ ਰਹੋ, ਆਬਾਦ ਰਹੋ। ਜਦੋਂ ਭਿਰਾ ਟੁਰੇ ਹੱਥ ਆਜ਼ਾਦ ਹਨ, ਅਤੇ ਜਦੋਂ ਭੈਣ ਟੁਰੀਏ ਸਦਕ ਪੀਰ ਹੱਥ ਬੱਧੇ ਹੋਇਆ। ਕਿਸੇ ਅਜ਼ਾਦਾਰ ਦੀ ਹਾਏ ਆਈਏ, ਕਿਸੇ ਮਾਤਮ ਕੀਤਾ ਹੈ, ਕਿਸੇ ਸ਼ਕਲ ਬਣਾਈਏ, ਖੁਦਾਰਾ 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 ਮੁਕੰਮਲ ਧਿਆਨ ਦੇਵਿਆ ਮਜਲਿਸ ਵਿੱਚ ਅਗਲਾ ਲਫ਼ਜ਼ ਮੈਂ ਤੁਹਾਡੇ ਤੱਕ ਪਹੁੰਚਾ ਸਕਾਂ। ਵਸ਼ਨੇ ਵਾਲਿਆ, ਭਿਰਾ ਦੀ ਮਕਤਲ ਵਿੱਚ ਭੈਣ ਅੱਖ ਬੰਦ ਨਹੀਂ ਕੀਤੀ। ਜੀਓ ਪੈ ਮੇਰਾ ਚੱਲ। ਭਿਰਾ ਦੀ ਮਕਤਲ ਵਿੱਚ ਭੈਣ ਅੱਖ ਬੰਦ ਮੁਰਸ਼ਦਾਦਾ ਨਹੀਂ ਕੀਤੀ, ਅਤੇ ਕੋਈ ਏਡੀ ਔਖੀ ਮਕਤਲ ਆਈ ਹਾਏ, ਕੋਈ ਤਾਂ ਤਵੱਜੋ ਬੈਠਾ ਹੀ ਹੈ ਨਾ, ਬਿਸਮਿਲ੍ਲਾ ਮੈਂ ਰਿਹਾ। ਇਹ ਕੋਈ ਐਸੀ ਔਖੀ ਮਕਤਲ ਆਈ ਭੈਣ, ਭਿਰਾ ਅੱਖ ਬੰਦ ਕਰ। ਜ਼ਰਬਾਂ ਲੱਗਦੀਆਂ ਰਹੀਆਂ ਅਤੇ ਭੈਣ ਅੱਖ ਬੰਦ ਨਹੀਂ ਕੀਤੀ। ਜਦੋਂ ਬਾਜ਼ਾਰ ਵਿੱਚ ਅਲੀ ਦੀ ਧੀ ਟੁਰੀਏ ਨਾ, ਬੜੀ ਹਾਏ ਆ ਗਈ ਹੈ ਨਾ। ਬਸ ਮੈਂ ਚਾਹੁੰਦਾ ਮਿੱਤਰੀ ਹਾਏ ਆਵੇ ਤਾਂ ਕਿ ਮੈਂ ਸਾਹਿਬ ਦਾ ਬਹਿਣ ਹੋ ਸਕੇ। ਬਿਸਮਿਲ੍ਲਾ ਬਾਬਾ ਜੀ, ਇੰਝ ਟੁਰੀਏ ਭੈਣ ਬਾਜ਼ਾਰ ਵਿੱਚ, ਸ਼ਬੀਰ ਅੱਖ ਬੰਦ ਕਰ ਗਏ। ਮੇਰੀ ਸੈਣਾ ਦੀ ਇੱਕ ਵਾਰੀ ਅੱਖ ਖੋਲ, ਦੇਖ ਮੈਂ ਬਾਜ਼ਾਰ ਵਿੱਚ ਟੁਰਦੀ ਕਿਵੇਂ ਹਾਂ। ਬਾਜ਼ਾਰ ਸੁਣ ਕੇ ਬੰਦੇ ਦੀ ਹਾਏ ਨਾ ਆਵੇ। ਸਾਦਿਕ ਪੀਰ ਇੰਝ ਬਾਜ਼ਾਰ ਵਿੱਚ ਅਲੀ ਦੀ ਧੀ ਟੁਰੀ, ਜਿਵੇਂ ਸ਼ਬੀਰ ਮੌਲਾ ਅਲੀ ਅਕਬਰ ਦੀ ਲਾਸ਼ ਤੇ ਗਏ। ਮੇਰੇ ਮੌਲਾ ਨੇ ਕੁਰਾਨ ਪੜ੍ਹਿਆ, ਆਵਾਜ਼ ਸ਼ਾਮ ਵਿੱਚ ਗੂੰਜੀ। ਇੱਕ ਔਰਤ ਮੌਲਾ ਦੀ ਆਵਾਜ਼ ਸੁਣੀ,
ਆਪਣੇ ਆਪ ਨੂੰ ਆਦੀਏ ਕਾਰੀ ਕਿਸੇ ਬਲੰਦ ਸਵਾਰੀ 'ਤੇ ਵਧੇ। ਜਦੋਂ ਜਦੋਂ ਆਵਾਜ਼ ਆ ਰਹੀ ਹੈ ਉਦੇ ਉਦੇ ਜਾ ਰਹੀ ਹੈ, ਨੇੜੇ ਆਈ ਹੈ ਕਾਰੀ ਵੇਖਿਆ ਸੀ। ਧਿਆਨ ਦਿਓਗੇ ਮਜਲਿਸ ਵਿੱਚ, ਹਾਏ ਬਜ਼ੁਰਗ ਕਰ ਨਹੀਂ ਰਿਹਾ, ਰੋਣ ਵਾਲੇ ਆਜ਼ਾਦਾਰੋ, ਇੱਕ ਲਮਹਾ ਰੁਕ ਕੇ ਪਿੱਛੇ ਆਈਏ ਕਿੱਥੇ, ਜਿੱਥੇ ਮਲਕਾ ਬੈਠੀ ਕਰੀਬ ਆ ਕੇ ਪਿਆਰੀ ਮਲਕਾ 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 ਇਹਦਾ ਸਰ ਚਾਹ ਕਾਇਰ ਆਈ ਆਦਿ ਮੇਰੇ ਰੋਣ ਨੂੰ ਛੋੜ ਦੇ, ਤੈਂ ਦੱਸਿਆ ਨਾ ਕੋਈ ਤੇਰੇ ਪੀਰ ਮਦੀਨੇ ਦੇ ਜੀ। ਬੜਾ ਸੋਹਣਾ ਕੁਰਾਨ ਪੜ੍ਹਦੇ ਜੀ, ਮੈਂ ਤਾਂ ਹੁਣ ਹੀ ਆਉਂਦੀ ਹਾਂ ਜਿਵੇਂ ਮੇਰੇ ਪੀਰ ਪੜ੍ਹਦੇ, ਇੰਜ ਤਾਂ ਕੋਈ ਨਹੀਂ ਪੜ੍ਹਦਾ। ਆਦਿ ਤੇਰੇ ਪੀਰ ਕਿਸ 'ਤੇ ਪੜ੍ਹਦੇ? ਇਹਦਾ ਆਦਿ ਮਸਨਤ 'ਤੇ, ਮੁਸੱਲੇ 'ਤੇ, ਮਿੰਬਰ 'ਤੇ, ਜਵਾਨੋ ਹੈ ਕੀਤੀ ਨੇ ਮੇਰਾ ਦਿਲੇ ਸਾਰੇ ਹੈ ਖਰੇ। ਆਦਿ ਰੰਜਨੋ ਮੇ ਮੈਂ ਕਾਰੀ ਵੇਖਿਆ ਹੈ, ਤੇਰੇ ਪੀਰਾਂ ਤੋਂ ਮੰਜ਼ਲ ਵਧਾਈ ਆਉਂਦਾ ਹੈ। ਜਿਵੇਂ ਆਏ ਤੁਹਾਡੇ ਤੋਂ ਉਹ ਤਿਆਰੀ ਕਰੋ ਸਾਰੇ ਅਸਾਂ ਕਿਵੇਂ। ਆਦਿ ਆਪ ਆਖਿਆ ਹੀ ਨਾ ਤੇਰਾ ਪੀਰ ਮੁਸੱਲੇ 'ਤੇ ਪੜ੍ਹਦਾ, ਮੈਂ ਕਾਰੀ ਵੇਖਿਆ ਉਹਦਾ ਧੜ ਨਾਲ ਪੜ੍ਹੋ ਬਿਸਮਿਲ੍ਲਾ ਬਾਬਾ ਜੀ ਅਜ਼ਾਦਾਰ ਸਾਦਾਤ ਬਿਸਮਿਲ੍ਲਾ, ਧੜ ਨਾਲ ਕੋਈ ਨਹੀਂ, ਕੱਲਾ ਕੱਲਾ ਸਰ। ਇਸ ਜੁਮਲੇ 'ਤੇ ਮੈਂ ਤੜਫਦੇ ਰਿਠੇ ਨਾ ਅਜ਼ਾਦਾਰ ਨੇੜੇ ਆਖਿਆ ਦੀ ਮਲਕਾ ਮੈਂ ਗੌਰ ਨਾਲ ਵੇਖਿਆ ਹੈ ਉਸ ਕਾਰੀ ਨੂੰ ਮਾਰਨ ਦੇ ਬਾਅਦ ਕਿਸੇ ਮਾਰਿਆ ਹੈ, ਮਾਰਨ ਦੇ ਬਾਅਦ ਮਾਰਿਆ ਜੀ। ਮੈਂ ਗੌਰ ਨਾਲ ਵੇਖਿਆ ਹੈ ਉਹਦੀਆਂ ਗੱਲ ਵਾਲੀਆਂ ਰੱਗਾਂ ਕਿਸੇ ਬੇਤਰਤੀਬ ਕੱਟੀਆਂ ਹੈ। ਆਬਾਦ ਰਹੋ ਆਬਾਦ ਰਹੋ ਆਬਾਦ ਰਹੋ ਮੇਰਾ ਅੱਛਾ ਜਿਹਨਾਂ ਦੀ ਹੈ ਬੁਲੰਦ, ਉਹਦੀਆਂ ਗੱਲ ਵਾਲੀਆਂ ਰੱਗਾਂ ਕਿਸੇ ਬੇ ਥੋੜ੍ਹੀ ਮਦਦ ਕਰਦੀ ਵੈ ਆਵਾਜ਼ ਖੋਲਦੀ ਵੈ ਮੌਲਾ ਤੁਹਾਨੂੰ ਹਮੇਸ਼ਾ ਆਬਾਦ ਰੱਖੇ। ਮੈਨੂੰ ਪਤਾ ਹੈ ਮੌਸਮ ਦੀ ਵਜ੍ਹਾ, ਰੋਣ ਵਾਲੇ ਆਜ਼ਾਦਾਰੋ ਰੱਖਣਾ ਮੇਰੇ ਹਾਲੇ। ਅਦੀਏ ਕੱਲਾ ਕਾਰੀ ਨਹੀਂ, ਤੇਰੀ ਸ਼ਾਮ ਵਿੱਚ ਕੋਈ ਏਡਾ ਲੁੱਟਾ ਕਾਫਲਾ ਆਇਆ ਹੈ ਜਿਹਦਾ ਦਿਲ ਕਰਦਾ ਉਹ ਮਾਰ ਰਿਹਾ ਹੈ, ਜਿਹਦਾ ਦਿਲ ਕਰਦਾ ਉਹ ਮਾਰ ਰਿਹਾ ਹੈ। ਇੱਕ ਵਾਰੀ ਆ ਨੇੜੇ ਲਾਵਾਂ ਰੋਣ ਵਾਲੇ ਆਜ਼ਾਦਾਰੋ, ਟੁਰ ਪਈ ਹਿੰਦਾ ਕਨੀਜ਼ ਰੱਖੀ ਸਰ 'ਤੇ ਕੁਰਸੀ, ਹਿੰਦਾ ਰੱਖੀ ਸਰ 'ਤੇ ਚਾਦਰ, ਪਹਿਲਾ ਕਦਮ ਬਸ਼ਨੇ ਵਾਲਿਓ ਪਹਿਲਾ ਕਦਮ ਬਾਜ਼ਾਰ 'ਚ ਆਇਆ ਕਿਵੇਂ ਪੜਾਂ, ਮਿੱਟੀ 'ਤੇ ਬੈਠੀਆਂ ਧੀਆਂ ਅਲੀ ਦੀਆਂ। ਇਸ ਨਾਲ ਚੌਖੀ ਹੈ ਬਣਦੀ ਹੈ, ਮੈਂ ਬਹਿਣ ਸ਼ੁਰੂ ਕਰ ਦੇ। ਆਂਦਾ ਡਿੱਠਾ ਕਨੀਜ਼ ਨੂੰ ਵੱਡੀ ਸਹਿਣ, ਛੋਟੀ ਤੋਂ ਪੁੱਛਿਆ ਇਹ ਕੌਣ ਹੈ, ਫਰਮਾਇ ਸਾਡੀ ਕਨੀਜ਼ ਬੀਬੀ ਆਦੀ ਇਹਨ ਕਿਸੇ ਨਹੀਂ ਦੱਸਿਆ ਜੋ ਮੈਂ ਉਜੜ ਗਈ ਹਾਂ ਹੈ। ਫਰਮਾਇ ਇਹ ਜਿਤਨੀ ਅਕੀਦਤ ਰੱਖਦੀ ਏ ਅਗਰ ਪਤਾ ਚੱਲ ਜਾਏ ਮੈਂ ਉਜੜ ਗਈ ਹਾਂ, ਇਹ ਮਰਨ ਤੋਂ ਪਹਿਲੇ ਮਰ ਜਾਏ। ਮੇਰੀ ਸਹਿਣ ਫਰਮਾਇ ਹਰ ਬੀਬੀ ਕੰਡ ਕਰ ਜਾਏ ਮੁੱਕਣ ਵਾਲੀ ਮਜਲੇ, ਹਰ ਬੀਬੀ ਕੰਡ ਕੀਤੀ ਭਾਈ ਨਾਲ ਜੋ ਵਾਅਦਾ ਕੀਤਾ ਉਸ 'ਤੇ ਮੈਂਬਰ ਛੋੜ ਸਾਂ, ਰੋਣ ਵਾਲੇ ਆਜ਼ਾਦਾਰੋ ਹਰ ਬੀਬੀ ਕੰਡ ਕੀਤੀ
ਅਲੀ ਦੀ ਧੀ ਨੇ ਸਰ ਝੁਕਾਇਆ। ਕਿਉਂ ਕਿਉਂ ਬਾਬਾ ਜੀ ਕਿਉਂ? ਹਿੰਦਾ ਨਾਲੋਂ ਗੁਜ਼ਰ ਜਾਏ, ਦੁਆ ਮੰਗੋ ਜਦੋਂ ਕੋਈ ਉਜੜੇ ਸ਼ਾਲਾ ਪਹਿਚਾਣ ਵਾਲਾ ਨਾ ਮਿਲੇ। ਸੈਣ ਸਰ ਝੁਕਾਇਆ, ਬਸ ਮੇਰੇ ਵੱਲ ਵੇਖਣਾ ਇਹ ਬਾਬਾ ਜੀ ਇੰਝ ਹਿੰਦਾ ਦੀ ਕਨੀਜ਼ ਕੁਰਸੀ ਲੈ ਕੇ ਗੁਜ਼ਰੀ ਗਈ, ਜਦੋਂ ਹਿੰਦਾ ਦਾ ਕਦਮ ਮੇਰੀ ਆਕਾਜ਼ਾਦੀ ਦੇ ਆਮਣੇ ਸਾਹਮਣੇ ਆਇਆ ਹੈ। ਹਿੰਦਾ ਤੋਂ ਕਦਮ ਉੱਠਿਆ ਹੀ ਨਹੀਂ, ਕਨੀਜ਼ਾ ਦੀ ਮਲਕਾ ਕਾਰੀ ਅਗਾਏ ਆਦੀ ਮਿਲ ਸਾਂ ਕਾਰੀ ਨੂੰ, ਜਲਦੀ ਦੱਸ ਇਹ ਜ਼ਖਮੀ ਬੀਬੀ ਗੌਲ ਹੈ। ਬਿਸਮਿਲਲਾ ਬਾਬਾ ਜੀ, ਹਾਏ ਤੁਹਾਡੀ ਆਈਏ ਬਾਈ ਤੇ ਵੈਣ ਕਰਾ। ਆਦੀ ਮਲਕਾ ਨਹੀਂ ਜਾਣਦੀ ਇਹ ਬੀਬੀ ਕੌਣ ਹੈ, ਪਰ ਮੈਂ ਸੁਣਿਆ ਹੈ ਲੋਕ ਆਖਦੇ ਵਦਨ ਇਹ ਬੀਬੀ, ਇਹ ਬੀਬੀ ਅਤੇ ਉਹ ਸਰ ਲੱਗਦੇ ਭੈਣ ਭਰਾ ਹੈ। ਇਹ ਉਸ ਕਾਰੀ ਦੀ ਭੈਣ ਭੈਣ ਇਹ ਆਦਿ ਮੇਰੀ ਕੁਰਸੀ ਰੱਖ, ਮੈਂ ਇਸ ਕੈਦਣ ਨਾਲ ਗੱਲ ਕਰਾਂ। ਥੋੜ੍ਹੀ ਕੁਛ ਚਾਹੀਦੀ ਹੈ ਭਾਈ, ਕੁਰਸੀ ਰੱਖੀ ਗਈ, ਹਿੰਦਾ ਬਹਿ ਗਏ ਬਹਿਣ ਤੇ। ਜਿਤਨੀ ਦੇਰ ਹਿੰਦਾ ਬੈਠੀ ਰਹੀ, ਸੈਣ ਜ਼ਮੀਨ ਵੱਲ ਵੇਖ ਕੇ ਰੋਂਦੀ। ਵਸੀਮ ਭਾਈ ਮੇਰੇ ਮੌਲਾ ਤੁਹਾਨੂੰ ਹਮੇਸ਼ਾ ਆਬਾਦ ਰੱਖੇ, ਤੱਕੀ ਵੀ ਰਾਹ ਦੀ ਜ਼ਿੰਦਗੀ ਹੋਵੇ ਸ਼ਾਲਾ। ਮੈਂ ਮਾਜ਼ਰਤ ਚਾਹਾਂ, 10-12 ਮਿੰਟ ਮੇਰੀ ਵਜ੍ਹਾ ਤੋਂ ਨਿਭਾਉਣਾ ਪੈ ਗਿਆ। ਰੋਣ ਵਾਲੇ ਅਜ਼ਾਦਾਰ, ਮੈਂ ਆਪਣੇ ਵਾਸਤੇ ਵਸੀਮ ਭਾਈ ਮਸਾਦਿਕ ਸਾਈਂ ਦੁਆ ਮੰਗੀ ਹੋਈ ਹੈ ਮੌਲਾ, ਜਦੋਂ ਮੇਰੇ ਸਾਹ ਮੁੱਕਣ, ਇਹੀ ਜੁਮਲਾ ਪੜ੍ਹਦੇ ਮੁੱਕਣ, ਇਹ ਜਿਹੜਾ ਹੁਣ ਪੜ੍ਹ ਰਹੇ ਹਾਂ, ਮੈਨੂੰ ਨਹੀਂ ਪਤਾ ਬਾਬਾ ਜੀ ਇਹਨਾਂ 'ਤੇ ਕਿਆ ਅਸਰ ਹੋਏਗਾ। ਬੜੀ ਦੇਰ ਬਾਅਦ ਕੁਰਸੀ ਦੇ ਉੱਤੇ ਬੈਠੀ ਹੋਈ ਕਨੀਜ਼ ਜ਼ਮੀਨ 'ਤੇ ਬੈਠੀ ਹੋਈ ਸੈਣ ਨੂੰ ਆਖੇ ਕਹਿ ਦੇਣ ਮਰਹਬਾ ਮਰਹਬਾ ਹੈ, ਬੁਲੰਦ ਕਰੋ ਕਹਿ ਦੇਣ ਬੀਬੀ ਮੇਰਾ ਸਲਾਮ ਹੋਵੇ, ਬੀਬੀ ਆਦੇ ਹਿੰਦਾ ਮੇਰਾ ਸਲਾਮ, ਇੰਦਾ ਦੇ ਕਹਿ ਦੇਣ ਮੇਰੇ ਨਾਂ ਤੋਂ ਵਾਕਿਫੇ, ਬੀਬੀ ਆਦੇ ਸਭ ਕੁਝ ਦੱਸ ਦੇਵਾਂ ਚਾਦਰ ਲਹਦੇ ਮਰਹਬਾ ਜੁੜਾ ਹੋ ਜਿਵੇਂ ਤੁਹਾਡੇ ਤੇ ਅਤਾ ਹੈ, ਬਿਸਮਿਲਲਾ ਮੈਂ ਕਰਾਂ ਸਭ ਕੁਝ ਦੱਸ ਦੇਵਾਂ ਚਾਦਰ ਲਾ ਦੇ ਸੇ, ਕਹਿ ਦੇਣ ਮੇਰਾ ਹਾਂ ਪਿਆ ਲਾਂਦੇ ਮਿਲਣ ਆਈਆਂ ਨਾਲੇ ਪੁੱਛਣ ਆਈਆਂ ਤੇਰਾ ਵਤਨ ਕਿਹੜਾ ਹੈ, ਬੀਬੀ ਆਦੇ ਵਤਨ ਦਾ ਨਾ ਪੁੱਛ ਧੀਆਂ ਰੁਲਵੇ ਸਮੇ ਮਰਹਬਾ ਹਯਾਤੀ ਵੀ ਮੇਰਾ ਚਾਨ, ਬਿਸਮਿਲਲਾ ਮੈਂ ਸਦਕੇ ਹੋ ਜਾਵਾਂ ਆਦੀ ਕਹਿ ਦੇਣ ਮੇਰਾ ਹਾਂ ਪਿਆ ਲਾਂਦੇ ਮਿਲਣ ਆਈਆਂ ਪੁੱਛਣ ਆਈਆਂ ਤੇਰਾ ਵਤਨ ਕਿਹੜਾ ਹੈ, ਬੀਬੀ ਆਦੀ ਜਦਾਂ ਵਸਦੀਆਂ ਉਦੋਂ ਤਾਂ ਮਦੀਨਾ ਹੈ, ਲਫ਼ਜ਼ ਮਦੀਨਾ ਆਇਆ ਹੈ ਹਿੰਦਾ ਕੁਰਸੀ ਤੋਂ ਜ਼ਮੀਨ 'ਤੇ ਆਈਏ। ਆਦੀ ਕਹਿ ਦੇਣ ਬੀਬੀ ਮੈਨੂੰ ਮਾਫ਼ ਕਰ ਦੇਵੇ, ਜਿਤਨੀ ਦੇਰ ਮੈਂ ਤੇਰੇ ਸਾਹਮਣੇ ਕੁਰਸੀ 'ਤੇ ਬੈਠੀ ਰਹੀ ਹਾਂ, ਬੀਬੀ ਆਦੀ ਕੋਈ ਗੱਲ ਨਹੀਂ ਤੁਸਾਂ ਬਾਦਸ਼ਾਹ ਚਿਹਰੇ ਤੇ ਮਾਤਮ ਕਰਨ ਵਾਲੇ ਅਜ਼ਾਦਾਰ, ਬਿਸਮਿਲਲਾ ਵਾਸੇ ਮਜਲੇ ਸੇ ਰੂਹਾਨੀ ਅਤੇ ਹਯਾ ਗਈ, ਕੋਈ ਗੱਲ ਨਹੀਂ ਤੁਸਾਂ ਬਾਦਸ਼ਾਹ ਸਖ ਦੀਆਂ
ਜ਼ਮੀਨ ਤੇ ਬਹਿ ਗਿਆ ਦੀ ਨਾ ਕੈਦਣ ਬੀਬੀ ਭਾਵੇਂ ਕੈਦੀਓ ਵਤਨ ਤੁਹਾਡਾ ਮਦੀਨੇ ਹੈ। ਮੈਂ ਮਦੀਨੇ ਆਲਿਆਂ ਦਾ ਬੜਾ ਹਯਾ ਕਰਦੀ ਹਾਂ, ਚੰਦ ਸਵਾਲ ਕਰਾਂ ਬੀਬੀ ਆਦੀ ਕਰ, ਵਤਨ ਤੁਹਾਡਾ ਮਦੀਨਾ ਹੈ ਤਾਂ ਮਹੱਲਾ ਕਿਹੜਾ ਹੈ? ਬੀਬੀ ਆਦੀ ਬਨੀ ਹਾਸ਼ਿਮ, ਬਨੀ ਹਾਸ਼ਿਮ ਦਾ ਨਾਮ ਹੈ ਦਾਦੀ ਜਲਦੀ ਦੱਸ, ਅਲੀ ਨੂੰ ਜਾਣਦੀ ਹੈ ਬੀਬੀ ਆਦੀ ਜਿਵੇਂ ਮੈਂ ਜਾਣਦੀ ਹਾਂ। ਸਬਰ ਦੇ ਬਨ ਤੁੱਟ ਗਿਆ ਅਦੇ ਕਹਿ ਦੇਣ ਅਲੀ ਨੂੰ ਜਾਣਦੀ, ਹੁਸੈਨ ਨੂੰ ਜਾਣਦੀ ਬੀਬੀ ਆਦੀ 70 ਕਦਮ ਦਾ ਫਾਸਲਾ ਹਾ। ਖਲੂਸੇ ਬਣੀਆਂ ਦਾ ਜਿਹੜੇ ਹੈਫ ਕਰਦੇ ਆ ਇੱਕ ਵੈਣ ਤੁਹਾਡੇ ਮਾਤਾ ਮਾਲਾ ਜ਼ਰਾ ਵੇਖਣਾ ਮੇਰੇ ਆਲੇ ਪਾਸੇ ਆਜ਼ਾਦਾਰ ਜਿਸਮ ਕਮਦਾ ਹੈ। ਆਦੀ ਕਹਿ ਦੇਣ ਬੀਬੀ ਅਲੀ ਨੂੰ ਜਾਣਦੀ, ਹੁਸੈਨ ਨੂੰ ਜਾਣਦੀ, ਵਾਸਤਾ ਇਸੇ ਹੁਸੈਨ ਦਾ ਐਸਤਾ ਦੱਸੇ ਮੇਰੀ ਸੈਨ ਨੂੰ ਜਾਣਦੀ ਬੀਬੀ ਆਦੀ ਹਿੰਦਾ ਕਿਤਾਬ ਲਿਖਦਾ ਹਿੰਦਾ ਮੇਰੀ ਸੈਣ ਦੇ ਕੰਨ ਨਾਲ ਮੋਜ ਲਾਇਆ ਆਦੀ ਕਹਿ ਦੇਣ ਹੋਲੇ ਬੋਲੇ ਉਹਦੀ ਮਾਂ ਦਾ ਜਨਾਜ਼ਾ ਰਾਤੀ ਚਵਿਆ ਬੀਬੀ ਆਦੀ ਪੁੱਛ ਹਿੰਦਾ ਆਦੀ ਕਹਿ ਦੇਣ ਜਲਦੀ ਨਸਾ ਆਲੀਆਂ ਨੂੰ ਜਾਣਦੀ ਹੈ ਜੋ ਖੋਇਲਾ ਬੀਬੀ ਆਦੀ ਹਿੰਦਾ ਸੋ
ਪਰਦਾ ਹਾ ਤੁਹਾਡੇ ਮਾਤਾ ਵਾਸਤੇ ਵੇੜਿਆ, ਜਲਦੀ ਦੱਸਿਆ ਹੈ ਤੁਹਾਡੀ ਚਾਦਰ ਖਿਲ ਗਈ ਹੈ। ਬੀਬੀ ਆਦੀ ਹੈ ਸ਼ਾਮੇ ਗਰੀਬਾ, ਸ਼ਿਮਰ ਮੇਰੀ ਚਾਦਰ ਲੁੱਟੀ ਹੈ, ਆਦੀ ਰਹੀ ਅੱਜ ਲੁੱਟ ਲਈ ਚਾਦਰ। ਸਦਾ ਦਮਾਮਣੀ ਤਸੀਰ ਰੱਖੇ ਆਪ ਆਪ ਕੇ ਸਾਹਮਣੇ ਕਾਰੀ ਲਕ ਸੈਦ ਜ਼ਾਕਰ ਮੁਸਾਫਰਾ ਸ਼ਾਮ ਖਜ਼ੀਨਾ ਤੁਲਕ ਸੈਦ ਪੂਰੀ ਵਰਲਡ ਦੀ ਨਾਮਰ ਸ਼ਖਸੀਅਤ ਜ਼ਾਕਰ ਅਹਿਲ ਬੈਦ ਕਾਜ਼ੀ ਵਸੀਮ ਸਬਦਰਾ ਖਾਨੇਵਾਲ ਇਨਕੇ ਫੌਰਨ ਬਾਅਦ ਕਾਰੀ ਲਕ ਸੈਦ ਜ਼ਾਕਰ ਅਹਿਲ ਬੈਦ ਹਬੀਬ ਰਜ਼ਾ ਬਨੀ ਕੇ ਤਾੜ ਵਾਲੇ ਖਿਤਾਬ ਫਰਮਾਉਣ।